ਗੱਲਬਾਤ ਹੈ ਗੱਲਬਾਤ ਹੈ ਗੱਲਬਾਤ ਹੈ ਗੱਲਬਾਤ ਹੈ आ जा बाहर समान चक आए उत्थे बह गए ऑफिस च स्पाइडरमैन तो नच रहा है मेरे दिल का चैन बस एक पीसी है तो चाहे कर ले से कर ही चले ठीक है ऑपरेटर ठीक है हां पीसी है बस नहीं है वो सच्ची बात जो पढ़ के ना नहीं लगता ना तू ये तो ले चला ना करे बता ही है बेबी इनू ਇੱਥੇ ਜੇ ਲਾ ਲਈ ਕਿਤੇ ਉੱਤੇ ਰੱਖ ਲੈਣੀ ਨਹੀਂ ਚੱਕ ਲੈ ਜੀ ਆਈ ਵਿੱਚ ਵਾੜ ਦਿਓ ਉਹਦੇ ਉੱਥੋਂ ਤਾਰਾਂ ਕਢਾ ਦੇ ਸੱਚੀ ਆਮ ਵੀ ਸੀ ਮੈਂ ਨਾ ਡੱਬਾ ਲੈ ਕੇ ਤੁਹਾਡਾ ਉਹ ਬਸ ਅੱਜ ਕੱਲ ਸੋਹਣਾ ਵੀ ਲੱਗਣਾ ਚਾਹੀਦਾ ਯਾਰ ਦੇਖੋ ਐਪਲ ਦਾ ਵੀ ਹੋ ਰਿਹਾ ਡਾਕੇ ਤਾਂ ਇੱਥੇ ਐਪਲ ਨੂੰ ਬਣਾਤਾ ਉਹਨੇ ਵਿੱਚ ਰੱਖਿਆ ਉਹ ਲਾਤੀ ਕੇ ਬਰ ਇਹ ਚੱਲੂਗਾ ਇਹ ਮਤਲਬ ਇੰਨਾ ਕੁਝ ਚੱਲ ਕਰੂਗਾ ਲੈ ਆਗਾ ਨੇਰੀ ਸਪਾਈਡਰਮੈਨ ਤੂੰ ਨੇ ਚਿਹਰਾ ਮੇਰੇ ਤੇ ਲੱਗ ਰੱਖੀ ਹਾਂ ਹਾਂ ਚੱਲ ਜੂਗਾ ਕੇਵਲ ਲੈ ਜੀਏ ਪਰ चलो वेलकम टू गाइस ब्लॉग देयर इज अनदर शॉप हैज ओपनड देखो भैन मेरी देखो ते तू बेचा है देखो भैन जी तुसी जे एहे जा पक्खा लेना आ भी हैगा ਸਾਡੇ ਕੋਲ ਆਈਡਾ ਆ ਵੀ ਹੈਗਾ ਜੀ ਲੱਕੜ ਵਾਲਾ ਕਿੱਧਰ ਗਿਆ ਉਹ ਲੱਕੜ ਵਾਲੀ ਸੀ ਉਹ ਦੇਖੋ ਭੈਣ ਹਰ ਤਰ੍ਹਾਂ ਦਾ ਮਟੀਰੀਅਲ ਆਪਣੇ ਕੋਲ ਭੈਣ ਜੀ ਸਾਨੂੰ ਵੀਡੀਓ ਚੱਲ ਰਹੀ ਹੈ ਨਾ ਹਾਂ ਹਰ ਤਰ੍ਹਾਂ ਦਾ ਮਟੀਰੀਅਲ ਸਾਡੇ ਕੋਲ ਹੈਗਾ ਆ ਸੋਹਣਾ ਹੋ ਗਿਆ ਨਾ ਖਾਲੀ ਹੋ ਗਿਆ ਨਾ ਯਾਰ ਇਥੋਂ ਉਦੋਂ ਭਰਿਆ ਪਿਆ ਸੀ ਪਤੇ ਨਹੀਂ ਚੱਲ ਰਿਹਾ ਸੀ ਤੂੰ ਦੱਸ ਦੇ ਸਲਿੱਪਾਂ ਉਹ ਫਿਰ ਵੀ ਇਹ ਖਾਲੀ ਹੋ ਗਿਆ ਉਦੋਂ ਭਰਿਆ ਪਿਆ ਸੀਗਾ ਆਹ ਦੇਖ ਉਹਨੇ ਲੈਟ ਜਿਹੜੀ ਯਾਰ ਆ ਸੋਹਣੀ ਆ ਲੈਟ ਤਾਂ ਯਾਰ ਬਸ ਡਿਜ਼ਾਈਨ ਹੀ ਪੈ ਗਿਆ ਹੋਰ ਤਾਂ ਕੋਈ ਫਰਕ ਨਹੀਂ ਨਾ ਨਹੀਂ ਅੱਛਾ ਇਹਦੇ ਆਹ ਸੇ ਇਹਦੇ ਵਿੱਚ ਬੈਠ ਚੱਲਦੀ ਹੈ ਸੱਚੇ ਤੂੰ ਕਹਿੰਦਾ ਸੀ ਨਾ ਰਾਤ ਨੂੰ ਉਹ ਵਾਲੀ ਹੈ ਉਹ ਹੋ ਹੈ ਕਿਵੇਂ ਚੱਲਦੀ ਆ ਆਹ ਜੀ ਹੈ ਇਦਾਂ ਉੱਪਰ ਐ ਕਰਦੀ ਅੱਜ ਕਿਉਂ ਕਿ ਉਹ ਕੀ ਮਤਲਬ ਬਾਲ ਦੇ ਰਿਫਲੈਕਟ ਹੋ ਕਰੀ ਰਿਮੋਟ ਤੇ ਚੱਲਦੀ ਹੈ ਪਿੱਛੋਂ ਉਹ ਚੱਲ ਤੂੰ ਰਹਿਣ ਦੇ ਚੱਲ ਨਹੀਂ ਨਹੀਂ ਇਹ ਆਪਾਂ ਖੋਲ ਕੇ ਤਾਂ ਕਾਣੂ ਯਾਰ ਪਰ ਹਾਂ ਵੈਲਕਮ ਟੂ ਗਾਇਸ ਬਲੌਗ ਤੇ ਦਿਖਾਉਣਾ ਹੀ ਪੈਣਾ ਸਾਨੂੰ ਅੱਛਾ ਯਾਰ ਆਹ ਕੀ ਚੀਜ਼ ਦਾ ਪੱਖਾ ਯਾਰ ਜਿੰਨੀ ਭੂਮਿਕਾ ਬੰਨੀ ਹੋਈ ਅੰਦਰ ਇਹ 'ਚ ਕੁਛ ਹੈ ਨਹੀਂ ਵੈਸੇ ਆਹ ਸੋਹਣਾ ਯਾਰ ਸ਼ਰਮਾ ਜੀ ਆਹ ਕੀ ਚੀਜ਼ ਆਹ ਕੀ ਚੀਜ਼ ਹੈ ਸ਼ਰਮਾ ਗੀਜ਼ਰ ਹੈ ਗੀਜ਼ਰ ਪਤਾ ਨਹੀਂ ਇਹ ਕੀ ਹੈ ਬਈ ਆਹ ਗੀਜ਼ਰ ਹੈ ਨਾ ਨਾ ਉਹ ਇਹ ਹੈਗਾ ਵਾਲਵ ਉਹ ਇਹਦਾ ਕੀ ਕਹਿੰਦੇ ਆ ਐਗਜ਼ੌਸਟ ਫੈਨ ਐਗਜ਼ੌਸਟ ਆਹ ਵੀ ਐਗਜ਼ੌਸਟ ਫੈਨ ਹੈ ਹਾਂ ਇਹ 'ਚ ਪੱਖਾ ਕਿੱਥੇ ਹੈ ਇਹਦਾ ਪਿਛਲੇ ਪਾਸੇ ਆ ਓਕੇ ਓਕੇ ਅੱਛਾ ਮਤਲਬ ਦੀਵਾਰ 'ਚ ਮਾਊਂਟ ਹੋ ਜਾਂਦਾ ਸਿਰਫ ਆਹ ਤਾਂ ਚੀਜ਼ ਦਿਖੂਗੀ ਅੰਦਰ ਕਿੱਡਾ ਸੋਹਣੀ ਬਣਾਤੀ ਚੀਜ਼ ਹੈ ਨਾ ਯਾਰ ਵਾਸ਼ਰੂਮ ਵਾਸਤੇ ਹੈ ਇਸ ਤੋਂ ਵੀ ਛੋਟਾ ਹੁੰਦਾ ਨਿੱਕਾ ਜਿਹਾ ਐਡਾ ਉਹ ਪੀਸੀਐਸ ਜਿਹੜੇ ਪੀਸੀ 'ਚ ਲੱਗੇ ਹੁੰਦੇ ਸੀ ਯੂਐਸਬੀ ਕੇਬਲ ਵਾਲੇ ਹੈ ਉਹ ਨਹੀਂ ਨਹੀਂ ਨਿੱਕਾ ਜਿਹਾ ਹੁੰਦਾ ਉਹ ਇੱਕ ਆਪਣੀ ਸੀਲਿੰਗ ਵਾਲਾ ਵੀ ਹੈਗਾ ਅੱਛਾ ਅੱਛਾ ਨਿੱਕੇ ਨਿੱਕੇ ਜੇ ਓਕੇ ਓਕੇ ਸੀਲਿੰਗ 'ਚ ਲੱਗਿਆ ਤਾਂ ਇੱਥੇ ਲਾਈਟ ਲੱਗ ਗਈ ਨਹੀਂ ਪਤਾ ਨਹੀਂ ਲੱਗਦਾ ਪੱਖਾ ਲੱਗਿਆ ਉੱਪਰ ਐਗਜ਼ਾਸਟ ਲੱਗਿਆ ਸਹੀ ਹੈ ਸਹੀ ਹੈ ਅਸੀਂ ਪਤਾ ਕੀ ਕਰੀਏ ਨੇ ਘਰੇ ਬੈਠੇ ਰੀਲਾਂ ਹੀ ਦੇਖੀਆਂ ਨੇ ਦੁਨੀਆ ਕੀ ਕੁਝ ਕਰੀ ਜਾਂਦੀ ਹਾਲੇ ਵੀ ਚਲਾਈ ਦੇਖਣਾ ਹੈ ਇਤਿਹਾਸ ਸੱਚ ਚੱਲਦਾ ਹੋਊਗਾ ਓ ਯਾਰ ਛੋੜ ਲਈ ਰਹੀਆਂ ਵੀ ਆਂਗੇ ਕਈ ਵਾਰੀ ਆ ਕੈਮਰਾ ਲਾ ਆਪਣੀ ਤੁਸੀਂ ਆ ਕੈਮਰਾ ਹਾਂ ਕੈਮਰਾ ਇਹ ਚਾਹ ਰੱਖਿਆ ਹੋਇਆ ਤੇ ਰੱਖਿਆ ਉਹ ਲੱਗਿਆ ਆ ਪ੍ਰੀਮੀਅਮ ਸੱਚ ਕਿਹੜੇ ਸੀ ਆ ਫੈਬੀ ਵਾਲੇ ਇਹ ਫੈਬੀ ਉਧਰ ਆ ਤੇ ਇਹਨਾਂ ਦੀ ਸਾਊਂਡ ਵੀ ਬੜੀ ਘੰਡ ਹੁੰਦੀ ਨਾ ਯਾਰ ਇੱਧਰ ਲੱਗੀਆਂ ਆਪ ਹਾਂ ਜੀ ਕ੍ਰੈਪ ਟਰੀ ਆ ਗਈਆਂ ਸੀਗੀਆਂ ਟੱਚ ਆ ਰਹੀਆਂ ਇਹ ਟੱਚ ਆ ਕਿ ਟੁੱਟੀ ਹੋਈ ਆ ਇਹ ਤਾਂ ਦੂਜੀ ਹੈਗੀ ਆ ਟੱਚ ਨਹੀਂ ਨਾਲੇ ਆ ਵੀ ਲਾ ਰੱਖੀ ਨਾਲੇ ਆ ਵੀ ਲਾ ਰੱਖੀ ਹੈ ਇਹਦਾ ਕੀ ਮਤਲਬ ਦੋਨੇ ਦਾ ਇਹ ਚ ਲਾਈਟ ਚੱਲਦੀ ਹੋਊਗੀ ਉਸਤਾਦ ਜੀ ਨਹੀਂ ਨਹੀਂ ਇਹ ਤਾਂ ਵੈਸੇ ਹੀ ਲਾ ਰੱਖੀ ਆ ਇਹ ਆ ਵੀ ਚੀਜ਼ ਹੈਗੀ ਸਾਡੇ ਕੋਲ ਆ ਵੀ ਚੀਜ਼ ਹੈਗੀ ਹੈ ਓਕੇ 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 ਵੈਸੇ ਸੋਹਣੀ ਆ ਜਿਹੜੀ ਬਲੈਕ ਵਾਲੀ ਹੈ ਨਾ ਜਿਵੇਂ ਆਹ ਹੋ ਗਿਆ ਇੱਕ ਮੈਟੀ ਬਲੈਕ ਜਿਹਾ ਉਦੋਂ ਦੇਖਿਆ ਸੀ ਆਹ ਵਾਲਾ ਆ ਬਹੁਤ ਸੋਹਣਾ ਯਾਰ ਓ ਰੈੱਡ ਰੈੱਡ ਦਾ ਮਤਲਬ ਚੱਲ ਪਿਆ ਰੈੱਡ ਦਾ ਮਤਲਬ ਚੱਲ ਪਿਆ ਅੱਛਾ ਠੀਕ ਆ ਯਾਰ बंद कर दे रहे बिल आऊगा ना आ क्यों बाहर जाया पे कहीं हुंदा आ देखो वाह यार रेड नॉक हुंदा आ देखो ये
रोशनी निकल के आई गल बन गई जी इतनी बनी हुई है। अच्छा मतलब आई दे भी है फिर भी है दोनों है मतलब किचन च लगन वाशरूम ठीक है मतलब किन्ने लीटर ला तीन लीटर है छोटा रह गया तो किचन च सही रहूगा ओके 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 बहुत होंगे यार पच्ची लीटर है शर्म फिर तेन तो दवा दी यार पहला पैप बोल नहीं सर्दियां टप गई सच हूं तक गर्म पानी की करेगा बाकी चीज है ओए यार पर प्लास्टिक अपने उ बही सी ना यार वैसे तो सोहनी है अपनी बनी हुई लगती है हाँ हाँ सोहना यार हाँ जपानिया का नहीं गेम जी होंगी जिम्मे लग जाने रिदम भी इस बहिया देख सुरताल सारे कुछ है इन्हें कई बार मेनू गाँव आनी ना इतों गवा सकते आ की चीज है चले नहीं अच्छा ये भी डोर बेल है ये इलेक्ट्रॉनिक है मतलब वो नहीं है कि इस गाने चलन गए फिर भी ठीक है मचदी तो नहीं ना ये मतलब मैं जिन्या लाइया घरों मचा लेना आपके सेम सैट अपने को शर्मा जा लो बिस्कुट खाओ जे तो व्यूज वधिया आ गए फिर तो पार्टी कर लेंगे अच्छा तो सुट लगे मैं क्या बन गई है सुट दे ना चलाई ना चलाई फिर जट्टो लैंस दे जमा सामने डायमंड हीरे तेन इत ही मिलने अंदर आ गए मैं पखे ले लिये तुम एडा तो सोहना यार देख यार निका जहा पीसी है ਨਾਲੇ ਬਸ ਇਹਨੂੰ ਦਿਖਾਉਣਾ ਠੀਕ ਹੈ ਨਹੀਂ ਇਹਦੇ ਨੀਚੇ ਲਾ ਦੇ ਕੰਚ ਦੇ ਬਸ ਫਿਰ ਇਹ ਤਾਂ ਲੋੜ ਹੀ ਨਹੀਂ ਗਈ ਹੋਰ ਚੀਜ਼ ਦੀ ਸਾਰਾ ਕੁਝ ਗਾਇਬ ਹੋ ਗਿਆ ਕਮਰਾ ਮੈਂ ਤਾਂ ਸੋਚੀ ਜਾਂਦਾ ਸੀ ਵੀ ਵੱਡਾ ਟੇਬਲ ਲੈ ਕੇ ਆਣਾ ਉਹ ਹੁਣ ਤਾਂ ਐਡਾ ਸੋਹਣਾ ਹੋ ਗਿਆ ਦੇਖੋ ਜੀ ਹਰ ਤਰ੍ਹਾਂ ਦਾ ਸਮਾਨ ਵਾਓ ਅੱਛਾ ਲਾਈਟਾਂ ਲੂਟਾਂ ਸਾਰੀਆਂ ਆ ਗਈਆਂ ਹੈ ਆਪਣੇ ਕੋਲ ਇਹ ਆਪਣੇ ਕੋਲ ਕਿੱਦਾਂ ਹੋਣੀ ਦੱਸਿਆ ਮੈਂ ਫਿਰ ਉਹ ਵੀ ਲਾਈਟ ਜੀ ਲਾਉਣੀ ਆਪਾਂ ਸਟ੍ਰਿਪ ਜਿਹੜੀ ਐਲ ਈ ਡੀ ਦੇ ਵਿੱਚ ਲਾਈ ਹੈ ਨਾ ਐਲ ਈ ਡੀ ਦੇ ਪਿੱਛੇ ਯਾਰ ਉਹ ਪ੍ਰੋਜੈਕਟ ਮੈਨੂੰ ਤੈਨੂੰ ਕੱਲ੍ਹ ਭੇਜਿਆ ਸੀ ਵੀਡੀਓ ਮੈਂ ਐਲ ਈ ਡੀ ਦੇ ਪਿੱਛੇ ਉਹ ਲਾਈਟਨਿੰਗ ਵਾਲੀ ਉਹ ਬਣਾ ਕੇ ਦੇ ਯਾਰ ਮੈਂ ਕਿੱਥੋਂ ਬਣਾਉਣਾ ਤੂੰ ਬਣਾ ਕੇ ਦੇ ਫਿਰ ਐਲ ਈ ਡੀ ਦੇ ਪਿੱਛੇ ਨਾ ਮਤਲਬ ਜਦੋਂ ਗਾਣੇ ਚੱਲਣ ਜਾਂ ਵੀਡੀਓ ਚੱਲੇ ਤਾਂ ਪਿੱਛੇ ਇਫੈਕਟ ਹੋਵੇ ਸੈਂਸਰ ਵਾਲੀ ਬਣਾ ਦੂਗਾ ਮੰਗਾ ਦਾਂਗੇ ਕੋਈ ਨਹੀਂ ਬਣੀ ਬਣੀ ਆਉਂਦੀ ਹਾਂ ਇਹ ਬਣਾਉਂਦੇ ਆ ਆਰਡਰ ਪਾ ਦਾਂਗੇ ਮੰਗਾ ਦਾਂਗੇ ਚੱਕ ਦੋ ਯਾਰ ਉਹਦਾ ਸੋਹਣਾ ਹੀ ਬੜਾ ਲੱਗਦਾ ਯਾਰ ਪੀਸ ਮੰਗਾ ਦਾਂ ਪੀਸ ਇੱਕ ਤਾਂ ਐਲ ਈ ਡੀ ਮੇਰੇ ਕੋਲ ਇੱਕ ਹੀ ਮੰਗਾ ਦੀ ਉਹਦੇ ਪਿੱਛੇ ਦੇਖ ਲੈ ਕਿਵੇਂ ਲੱਗੂਗੀ ਆਪਣੇ ਦੇਖ ਲੈ ਰਾ ਵੀ ਸੋਹਣੀ ਆ ਕਿੰਨੇ 43 ਇੰਚ ਹੈ ਇਹ 50 50 ਬਹੁਤ ਹੈ 50 ਕੁਛ ਹੈ 50 ਹੋ ਗਈ 52 ਕਰਦਾ ਆਪਣੇ ਕੋਲ ਨਹੀਂ ਯਾਰ ਵੱਡੀ ਹੈ 55 ਹੋ ਗਈ ਨਾ ਸ਼ਰਮੇ ਮੇਰੇ ਕੋਲ ਛੋਟੀ ਲੱਗਦੀ ਹੈ ਇਹ ਤਾਂ 55 ਹੈ ਨਾ ਵੱਡੀ ਹੈ 65 ਹੋ ਗਈ ਹੈ ਇਹ ਚੱਲਦੀ ਹੈ ਨਹੀਂ ਨਹੀਂ 50 ਕੁਛ ਹੀ ਹੈ 50 ਹੈ ਚਲਦੀ ਹੈ ਇਹ ਚਲਦੀ ਹੈ ਚਲਾਓ ਨਾ ਇਹ ਤਾਂ ਫਿਰ ਦਰਸ਼ਕਾਂ ਨੂੰ ਦਿਖਾਓ ਕਿ ਸੈਮਸੰਗ ਓਰੀਜਨਲ ਹੈ ਓਏ ਬੰਦ ਕਰ ਦੇ ਮਨ ਓਰੀਜਨਲ ਫੋਨ ਤਾਂ ਵਿੱਚ ਆ ਗਿਆ ਉਹ ਬੈਂਕ ਨੂੰ ਜੀਓ ਟੀਵੀ ਲਵਾ ਲਓ ਇੱਥੇ ਉਹ ਸੱਚ ਨੈਟ ਜੀਓ ਦਾ ਲਵਾ ਲਾ ਨਾਲ ਟੀਵੀ ਫ੍ਰੀ ਨਾਲੇ ਨੈਟ ਫ੍ਰੀ ਜੀਓ ਹਾਂ ਉੱਪਰ ਲੱਗਿਆ ਨਹੀਂ ਏਅਰਟੈਲ ਦਾ ਨਹੀਂ ਆਉਂਦਾ ਅੱਜ ਕੱਲ੍ਹ ਏਅਰਟੈਲ ਦੇ ਵਿੱਚ ਟੀਵੀ ਆ ਗਿਆ ਜੀਓ ਦਾ ਸਾਰਿਆਂ 'ਚ ਹੀ ਆ ਗਿਆ ਅੱਜ ਕੱਲ੍ਹ ਟੀਵੀ ਬਸ ਫਿਰ ਉਹ ਲੈ ਲਓ ਬਾਈ ਵਧੀਆ ਯਾਰ ਨਾਲੇ ਸਾਰੇ ਚੀਜ਼ਾਂ ਫ੍ਰੀ ਅਤੇ ਉਹਦੇ ਨਾਲ ਸੋਨੀ ਸੋਨੀ ਫ੍ਰੀ ਹੈਗੇ ਸੋਨੀ ਡਿਜ਼ਨੀ ਹੌਟ ਸਟਾਰ ਪ੍ਰਾਈਮ ਨਹੀਂ ਹੈ ਕਾਲੇ ਪਲਾਨ 'ਚ ਹਾਂ ਉਹ ਸਾਰੇ ਕਿਹੜੀ ਵਾਇਰ
कुर्सी लेके आओ यार सोची नहीं लगी स्पाइडरमैन स्पाइडरमैन तू नचराया मेरे दिल का चैन बाबे नहीं बढ़िया फोटो तो सोनी है पर ये हुई है ना पहला लगी हुई सी तो आउटडेटेड जी लग रही है चीज तो सोनी है फोटो तो कल पता की पेंटिंग वांगू लग रही है सोनी है चीज ते फोटो इस तरह लभी बैठे हैं तुसी खर्चा दस दो भी लख दो लख तीन लख चार लख लाइटनिंग करके भी सोहना लगूगा फ्रेम वधिया लवा ला यार इथे और डिजाइन लुक जूगा फिर यार डिजाइन तो देखने वाली चीज सी नहीं पॉलिश मारोगे करो ओ फोटो उथी लाओ यार एंट्री होंगे सारे बंद सोहनी लगती है यार फिर उथे खाली खाली इधर ऐ कर लो होर लभ लेने सोहनी जी आपां फोटो सोहनी है फ्रेम लग जाए उपर प्लस कवर जहा लग जाए ठीक है मुंडिया घेंट हो गया काम यार सही है हुण माहौल बन चुका हुण सोहना लगू रात इत भी लग जू इतू लग जू ठीक है स्पीकर मैं ठीक है सोहना यार काम अच्छा हम कितने परसेंट डिस्काउंट दे रहे हो जो बंदे वीडियो देखने जो वीडियो देखने हाँ फिर ही आने के अगला भी पैंतीसेंट तू मतलब कमाएगा नहीं तू फिर अच्छा यार लो दर्शको 39 तक परसेंटेज मिल रही है यार बहुत ज्यादा फिर तो जे यार 1200 की चीज है 1000 रुपए की 18% जीएसटी लगेगी तो वो एक्स्ट्रा लगेगी नहीं कोई चक्कर नहीं तुसी मेरी वीडियो देखने दे सार तुहानू होर डिस्काउंट दवा देंगे पक्का बिल देके क्या करना है रेफरेंस दे विच जीएसटी कटा देंगे जीएसटी कटा हां दिखाउणा सारे ने आके ठीक है किसी ब्लॉग देखा सीगा तां याद कित्थे एयरलाइंस बंद करता उन्होंने माहौल बन चुका बाकी होर चीजा आनगियां होर माहौल बन जूगा फिर एक बार विजिट तो करो चीजा देख के है ना भी पता लग जाता माहौल जहा बन जाता भी हाँ हाँ चीजा है लाइटा तो लै सकते यार आप अगर तुम लगे यार चीज़ कितने होर हो जानी है अपने बंदे में सपोर्ट करो तुम अरे कैशबैक 25 रुपये भी मिल रहे नाल 25% नहीं 25 रुपये भी मिल रहे तो एक फायदा होर हो रहा आप ट्यूब तो भी मिल रहा यार ये तो 25 रुपये इधरों भी मिली जाते अपन 25-25 कोई सातों तह दिखा हूँ तू इन उत्ते कोई रहा ना वो दिखा देंगे इन्हों भी डायमंड वाली है अपना तो न्यू डायमंड है ना फिर एक बार तो डायमंड ही चल रहे फिर न्यू डायमंड फिर हम दुकान बताइए चलिए फिर सुबह मिलते हैं नवे ब्लॉग के साथ जेड़े बंदे ने लिता कवर वो कह ही नहीं सकता है कुछ चलो आ जाओ यार लेट हो चुके 10 बज चुके ने सुबह मिलते हैं विजिट करो यार एक बार अपने बंदे ने सपोर्ट करो यार तुसी की जी जी आओ जी रिलायंस ते आ जी अपना डायमंड।